ਡੀਗ ਵਾਲਾ ਡੀਗ ਵਾਲਾ ਪਰ ਨੰਬਰ ਰੇਟਰ ਦਾ ਲਾਓ ਕਬੱਡੀ ਕਹਿੰਦੇ ਸ਼ਾਟਰ ਦੀ ਧਰਤੀ ਦਾ ਡਾਟਾ ਦੇ ਕਬੱਡੀ ਕਬ ਦਾ ਮੋਟਰਸਾਈਕਲ ਦਾ ਜੇ ਤੂੰ ਇਸ ਵੇਲੇ ਕਿਹੜੀ ਕਬੱਡੀ ਪਾ ਰਿਹਾ ਹੈ ਲਵੀ ਕਵੀ ਵਾਲਿਆ ਤੌਰ ਕਹਾਣੀ ਮੁੰਡੇ ਦੀ ਲਵੇ ਗੱਭਰੂ ਅੱਗੇ ਵੱਲ ਵਧਿਆ ਹੋਇਆ ਕਈ ਅਸਪਾਲ ਨੂੰ ਕਾਲੀ ਛਾਤਰ ਜ਼ਿਲ੍ਹਾ ਜੀਂਦ ਬਰਨਾਲਾ ਖਾਲਸਾ ਦੀ ਧਰਤੀ ਦਾ ਬੈਸਟ ਰੇਡਰ ਡੇਰਾ ਗਦਲਾ ਦੀ ਧਰਤੀ ਦਾ ਬੈਸਟ ਰੇਡਰ ਖੇਲ ਮੈਦਾਨ ਦੇ ਵਿੱਚ ਅੱਗੇ ਵੱਲ ਵਧਿਆ ਹੋਇਆ ਕਿ ਉਹ ਵੀ ਪੱਟੂ ਚੰਡਿਆ ਲੱਗਦਾ ਕੋਚ ਸਿਆਣੇ ਦਾ ਉਹ ਡੋਲਾ ਹੱਥ ਨਹੀਂ ਆਉਂਦਾ ਮਾਂ ਦੇ ਮੱਖਣੀ ਖਾਣੇ ਦਾ ਓਹੋ ਸਿਰਾ ਹੋ ਗਿਆ ਬਿਲਕੁਲ ਕਾਚ ਕੀ ਕੋਸ਼ਿਸ਼ ਡੱਕਣ ਦਾ ਪ੍ਰਯਾਸ ਲੇਕਿਨ ਪੁਆਇੰਟ ਜਾਏਗਾ ਦਰਸ਼ਕ ਸਾਥੀਓ ਲਓ ਕਬੱਡੀ ਕਹਿੰਦੇ ਹਰਿਆਣੇ ਦੇ ਲੁੱਡਰ ਦੀ ਪੈ ਗਈ ਮੇਰੇ ਵੀਰੋ ਆਓ ਬਿੱਲੂ ਆ ਗਿਆ ਮੁੰਡ ਦੀ ਧਰਤੀ ਦਾ ਆਓ ਪੰਚਾਇਤ ਸੈਕਟਰੀ ਆ ਗਿਆ ਆਓ ਲੁੱਡਰ ਆ ਗਿਆ ਮਾਂ ਦਾ ਲੁੱਡ ਆ ਗਿਆ ਮੇਰੇ ਵੀਰੋ ਸਾਹਮਣੇ ਕਹਿੰਦੇ ਬਲਵੇੜੇ ਦੀ ਧਰਤੀ ਦਾ ਬਿੱਲਾ ਵੀ ਤਿਆਰੀ ਦੇ ਵਿੱਚ ਹੈ ਇੰਟਰਨੈਸ਼ਨਲ ਖਿਡਾਰੀ ਮਨੋਜ ਵੀ ਤਿਆਰੀ ਦੇ ਵਿੱਚ ਹੈ ਨਾਲ ਕਹਿੰਦੇ ਡੀਗ ਦੀ ਧਰਤੀ ਦਾ ਮੋਹਿਤ ਮੇਰੇ ਵੀਰੋ ਤੇ ਨਾਲ ਕਹਿੰਦੇ ਨਵੀਂ ਉਮਰ ਦਾ ਖਿਡਾਰੀ ਹੈ ਹਾਟ ਦੀ ਧਰਤੀ ਦਾ ਬੈਟ ਜਾਪੀ ਪੋਨਾ ਛਾਤਰੀ ਆਓ ਡੀਗ ਵਾਲਾ ਆਓ ਡੀਗ ਵਾਲਾ ਆਓ ਡੀਗ ਵਾਲਾ ਕਹਿੰਦੇ ਬਿੱਲੂ ਨੂੰ ਫੜਦਾ ਹੈ ਨੰਬਰ ਕਿਹੜੇ ਵੀ ਜਾਪੀ ਦਾ ਆਓ ਕਬੱਡੀ ਕਹਿੰਦੇ ਛਾਤਰ ਦੀ ਧਰਤੀ ਦਾ ਇਸ ਵੇਲੇ ਡਿੱਕਾ ਪਾ ਰਿਹਾ ਮੇਰੇ ਵੀਰੋ ਬਿੱਕੇ ਦੀ ਰੇਡ ਹੈ ਸਾਹਮਣੇ ਕਹਿੰਦੇ ਚਾਰ ਜਾਫੀ ਨੇ ਇਸ ਵੇਲੇ ਉਹ ਵੀ ਜਿਹੜੇ ਤਿਆਰੀ ਦੇ ਵਿੱਚ ਹੈ ਡੌਲੇ ਦੀ ਧਰਤੀ ਦਾ ਕਿਹੜੇ ਸਿੱਲੂ ਵੀ ਖੇਡ ਕਬੱਡੀ ਦਾ ਵੱਡਾ ਮਲ ਹੈ ਜਿਹਨੇ ਲੁੱਧਰ ਵਰਗੇ ਖਿਡਾਰੀ ਫੜੇ ਹੈ ਖੀਰਾਵਾਲ ਦੇ ਕੱਗੀ ਵਰਗੇ ਫੜੇ ਹੈ ਨਾਲ ਕਹਿੰਦੇ ਲੀਲਾ ਵੀ ਤਿਆਰੀ ਦੇ ਵਿੱਚ ਹੈ ਮੋਹਨ ਵੀ ਤਿਆਰੀ ਦੇ ਵਿੱਚ ਹੈ ਬਾਈ ਅਗਲੀ ਟੀਮੇ ਆ ਜਾਏ ਟਾਈਆਂ ਗਿਰੇਗੀ ਓਸਰ ਟੀਮ ਆ ਜਾਏ ਟਾਈਆਂ ਡਲੇਗੀ ਔਰ ਕਾਚ ਕੀ ਕੋਸ਼ਿਸ਼ ਬਿੱਕਾ ਛਾਤਰ ਕੋ ਕਾਚ ਲਗਾ ਦੀ ਬਾਈ ਬਿਲਕੁਲ ਸਿਰਾ ਕਰ ਦਿਆ ਸਟਾਰ ਨੇ ਆਓ ਨਗੂਰੇ ਵਾਲਾ ਮੋਹਨ ਕਿਹੜੇ ਜੱਫਾ ਲਾ ਗਿਆ ਕਿ ਮੋਹਨ ਨਗੂਰੇ ਵਾਲਾ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਹੁਣ ਆ ਗਿਆ ਗਬਰੂ ਆਓ ਕਪਤਾਨ ਆ ਗਿਆ ਮੇਰੇ ਵੀਰਿਓ ਕਿ ਨਗੂਰੇ ਪਿੰਡ ਵਾਲਾ ਕਪਤਾਨ ਇਹਨਾਂ ਦੋਨਾਂ ਟੀਮਾਂ 'ਚ ਇੱਕ ਖਾਸੀਅਤ ਹੈ ਦੋਨਾਂ ਟੀਮਾਂ 'ਚ ਦੋ ਭਰਾ ਖੇਡ ਰਹੇ ਦੋ ਦੋ ਭਰਾ ਦੋਨਾਂ 'ਚ ਇੱਕ ਰੇਡਰ ਹੈ ਇੱਕ ਜਾਪੀ ਹੈ ਬਿੱਕਾ ਦੇ ਮਨੋਜ ਕਪਤਾਨ ਤੇ ਅਨਿਲ ਉਰਫ ਲੀਲਾ ਨਗੂਰੇ ਵਾਲਾ ਆਓ ਕੀਤੀ ਹੋਈ ਟਰਾਈ ਆਓ ਪੋਨਾ ਮੇਰੇ ਵੀਰਿਓ ਆਓ ਪੋਨਾ ਛਾਤਰੀਆ ਇਹ ਵੀ ਕਹਿੰਦੇ ਵੱਡਾ ਸਟਾਰ ਹੋਵੇਗਾ ਆਉਣ ਵਾਲੇ ਸਮੇਂ ਦਾ ਇਸ ਵੇਲੇ ਕੀਤੀ ਹੋਈ ਟਰਾਈ ਐਨ ਕਹਿੰਦੇ ਲੱਗਦਾ ਹੋਇਆ ਚੌਰ ਏਡੀ ਝੋਟੀ ਦਾ ਹੋ ਪੱਲੇ ਹੋ ਪੱਲੇ 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 ਪਰ ਨਹੀਂ ਰਿਸਾ ਨੰਬਰ ਆਓ ਰੇਡਰ ਦਾ ਕਿ ਫਰਸ਼ ਵਰਸ਼ ਹੁੰਦੇ ਆ ਉਹ ਦੇਰ ਨਹੀਂ ਲੱਗਦੀ ਹੈ ਹੋ ਕੋਲੀਆਂ ਬਣ ਜਾਣ ਮਹਿਲਾ ਫਿਰ ਦੇਰ ਨਾ ਲੱਗਦੀ ਹੈ ਆ ਮੁੰਡੇ ਨੂੰ ਉੜਨਾ ਸੱਪ ਕਹਿੰਦੇ ਆ ਕਿ ਯਾਮਾ ਮੋਟਰਸਾਈਕਲ ਵੀ ਕਹਿੰਦੇ ਆ ਯਾਮਾ ਮੋਟਰਸਾਈਕਲ ਜਿੰਨੀ ਸਪੀਡ ਹੈ ਮੁੰਡੇ ਦੀ ਕਿ ਕਪਿਲਾ ਛਾਤਰ ਦੀ ਧਰਤੀ ਦਾ ਕਪਿਲ ਇਹਨੇ ਮੋਟਰਸਾਈਕਲ ਵੀ ਜਿੱਤਿਆ ਹੈ ਇਸ ਵੇਲੇ ਕਹਿੰਦੇ ਕਬੱਡੀ ਪਾ ਰਿਹਾ ਉੜਨਾ ਸੱਪ ਮੇਰੇ ਵੀਰੋ ਆਓ ਵੇਖੋ ਇਸ ਵੇਲੇ ਨਗੂਰੇ ਦੀ ਧਰਤੀ ਦਾ ਕਹਿੰਦੇ ਮੋਹਨ ਟਰਾਈ ਕਰਦਾ ਹੈ ਪਰ ਨੰਬਰ ਕਹਿੰਦੇ ਵੀ ਰੇਡਰ ਦੇ ਹਿੱਸੇ ਦੇ ਵਿੱਚ ਲਓ ਬਿੱਲੂ ਆ ਗਿਆ ਮੁੰਡ ਦੀ ਧਰਤੀ ਦਾ ਵੀਰੇ ਖੱਤਰੀ ਇਸ ਖਿਡਾਰੀ ਨੂੰ ਆਪਣਾ ਸਭ ਤੋਂ ਵੱਧ ਕੇ ਬੈਸਟ ਖਿਡਾਰੀ ਮੰਨਦਾ ਹੈ ਤੇ ਇੱਕ ਇੰਟਰਵਿਊ ਦੇ ਵਿੱਚ ਬਿੱਕੇ ਛਾਤਰੀ ਨੇ ਵੀ ਦੱਸਿਆ ਕਿ ਉਹਦਾ ਜਿਹੜਾ ਫੇਵਰੇਟ ਰੇਡਰ ਹੈ ਉਹ ਬਿੱਲੂ ਹੈ ਮੁੰਡ ਦੀ ਧਰਤੀ ਦਾ ਜਿਹਨੂੰ ਹਰਿਆਣੇ ਦਾ ਲੁੱਧਰ ਵੀ ਆਖਿਆ ਜਾਂਦਾ ਹੈਲੋ ਇੱਕ ਵਾਰ ਲਾਲ ਬਿਹੋਲੀ ਅੰਕਿਤ ਜੋਰਾਸੀ ਔਰ ਪ੍ਰਦੀਪ ਜੋਰਾਸੀ ਬਿੱਲੂ ਮੁੰਡ ਗੜੀ ਚਾਚੂ ਮੋਹਿਤ ਠੀਕ ਸਟੇਜ 'ਤੇ ਪਹੁੰਚ ਜਾ ਬਈ ਅੰਕਿਤ ਜੋਰਾਸੀ ਪ੍ਰਦੀਪ ਜੋਰਾਸੀ ਬੋਲਾ ਗੜੀ ਚਾਚੂ ਔਰ ਲਾਲ ਬਿਹੋਲੀ ਕੇ ਲੰਗੇ ਹੋਏ ਵਕਤ ਬਿੱਲੋ ਗਏ ਕਦੇ ਫੜੇ ਨਾ ਉਹ ਕਾਦੀ ਉਹ ਜਵਾਨੀ ਜਿਹੜੀ ਉੱਡੂ ਉੱਡੂ ਕਰੇ ਨਾ ਹੋ ਕਾਦੀ ਉਹ ਜਵਾਨੀ ਜਿਹੜੀ ਉੱਡੂ ਉੱਡੂ ਕਰੇ ਨਾ ਖੇਲ ਮੈਦਾਨ ਦੇ ਵਿੱਚ ਵੱਡਿਆ ਹੋਇਆ ਗੱਭਰੂ ਕਿ ਯਸਪਾਲ ਨਾਮ ਹੈ ਖਿਡਾਰੀ ਦਾ ਉਹ ਛਾਤਰ ਪਿੰਡ ਹੈ ਉਹ ਦੌੜ ਔਰ ਪੁਆਇੰਟ ਜਾਏਗਾ ਦਰਸ਼ਕ ਸਾਥੀਓ ਉਧਰ ਪਦੀਨ ਸਰਪੰਚ ਨੇ ਵੀ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਣ ਜਿਹੜੇ 500 ਦੇ ਭੇਜੇ ਹੈ ਉਸ ਭਰਾ ਦਾ ਵੀ ਕਹਿੰਦੇ ਸਰਪੰਚ ਦਾ ਭਤੀਜਾ ਸਰਪੰਚ ਦਾ ਭਤੀਜਾ ਜਿਹੜਾ ਬਤੀਨ ਹੈ ਪ੍ਰਦੀਨ ਉਹਦਾ ਵੀ ਕਹਿੰਦੇ ਧੰਨਵਾਦ ਹੈ ਜਿਹਨੇ ਵੱਡੇ ਮਾਣ ਜਿਹੜੇ ਭਰਾ ਨੇ ਭੇਜੇ ਹੈ ਇਸ ਵੇਲੇ ਵੇਖੋ ਕਬੱਡੀ ਕਹਿੰਦੇ ਪੈ ਰਹੀ ਹੈ ਸਾਹਮਣੇ ਬਲਵੇੜੇ ਦੀ ਧਰਤੀ ਦਾ ਪ੍ਰਵੀਨ ਗੜੀ ਸ਼ਾਜੂ ਜਿਹੜੇ ਭਰਾ ਨੇ ਕਹਿੰਦੇ ਵੱਡੇ ਮਾਣ ਜਿਹੜੇ ਭੇਜੇ ਹੈ ਆਓ ਬਿੱਲਾ ਆਓ ਐਕਟਰ ਆਓ ਐਕਟਰ ਹੋ ਪੱਲੇ ਹੋ ਪੱਲੇ ਹੋ ਪੱਲੇ ਸੋ ਜਾ ਬੱਬੂਆ ਉਹ ਮਾਣੋ ਬਿੱਲੀ ਆਈ ਹੈ ਉਹ ਮਾਣੋ ਬਿੱਲੀ ਨਹੀਂ ਬਿੱਲਾ ਆਇਆ ਹੈ ਉਹ ਐਕਟਰ ਆਇਆ ਬਲਵੇੜੇ ਪਿੰਡ ਵਾਲਾ ਬਿੱਲਾ ਬਲਵੇੜੇ ਪਿੰਡ ਵਾਲਾ ਕਿ ਜ਼ਿੰਦਗੀ ਨੂੰ ਜੋੜਨ ਦਾ ਮੰਦਰਾ ਸਭਨਾ ਦਾ ਵੱਖ ਤਰੀਕਾ ਕਿ ਅੜਗੇ ਤਾਂ ਅੜਗੇ ਮਿੱਤਰਾ ਇਹੋ ਜਿਹਾ ਰੱਖ ਸਲੀਕਾ ਕਿ ਫਾਇਦਾ ਚੱਕ ਜਾਂਦੇ ਲੋਕੀ ਦਿੱਤੀ ਹੋਈ ਢਿੱਲਦਾ ਬਈ ਹੋ ਪਿਸਟੜ ਤਾਂ ਮਿਲਣ ਵਜਾਰੋ ਜਿਗਰੇ ਨਾ ਮਿਲਦੇ ਬਈ ਜਿਗਰੇ ਨਾ ਮਿਲਦੇ ਬਈ
जिगरे नहीं मिलते बई। इस वेले भरा ने कहने गल टकाने ला दी है। आओ सामने बिके दी रेड, आओ नगूरे वाला, आओ नगूरे वाला कहने अति करवाई जाने मौन। अलाओ कबड्डी यारे फेर पैगी है कप्तान दी के पिंडे लिस्कण मुंडिया दे। आओ जवानी उड़ जो कर दी चाप जिवें चपट है चीते दी, रेड वांग हिरन उड़ारी भर दी। फैसले लखा दे हुंदे, लखा नाल ट्रैक्टर मिलते। कवि वाले आवे हुण होने पूरे अरमान सब दिल दे, होने पूरे अरमान सब दिल दे। आओ बिल्ला कहने फिर ट्राई कर रहा है। आओ एक्टर ਜਿਹੜੇ ਜਿਹੜੇ ਕਹਿੰਦੇ ਵੀ ਬਿੱਲਾ ਵਾਕਈ ਕਬੱਡੀ ਦਾ ਐਕਟਰ ਹੈ, ਇੱਕ ਵਾਰੀ ਤਾੜੀ ਲਾ ਦਿਓ ਮੇਰੇ ਵੀਰੇ ਬੱਲੇ। ਇੱਕ ਜ਼ੋਰਦਾਰ ਨਾਰਾ ਮਾਰ ਦਿਓ ਦਰਸ਼ਕ ਵੀਰੋ। ਬਿਲਕੁਲ ਸਿਰਾ ਕਰ ਦਿਆ। ਆਵ ਆ ਗਿਆ ਯਾਮਾ ਮੋਟਰਸਾਈਕਲ, ਜਿੰਨੀ ਸਪੀਡ ਹੈ ਮੁੰਡੇ ਦੀ। ਉੱਡਣਾ ਸੱਪ ਕੌਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਕਿ ਸਟਾਰ ਬਣਦੇ ਨਹੀਂ ਉਹ ਬਣਾਉਣੇ ਪੈਂਦੇ ਆ। ਉਹ ਗੱਲ ਬਣਦੀ ਨਹੀਂ, ਬਣਾਉਣੀ ਪੈਂਦੀ ਆ, ਬਣਾਉਣੀ ਪੈਂਦੀ ਆ। ਇਹ ਦੁਨੀਆ ਟਿਕਦੀ ਨਹੀਂ, ਟਕਾਉਣੀ ਪੈਂਦੀ ਹੈ, ਟਕਾਉਣੀ ਪੈਂਦੀ ਹੈ। ਕਿ ਨਾ ਬਣਦਾ ਨਹੀਂ ਬਣਾਉਣਾ ਪੈਂਦਾ ਹੈ, ਕਿ ਦੁਨੀਆ ਨੱਚਦੀ ਨਹੀਂ ਜੱਪਾ ਲੱਗਦਾ ਨਹੀਂ ਲਾਉਣਾ ਪੈਂਦਾ ਹੈ, ਲਾਉਣਾ ਪੈਂਦਾ ਹੈ। ਇੱਕ ਅੜਦੀ ਨਹੀਂ ਅੜਾਉਣੀ ਪੈਂਦੀ ਹੈ, ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਹੈ, ਗੁੱਡੀ ਚੜਦੀ ਨਹੀਂ ਚੜਾਉਣੀ ਪੈਂਦੀ ਹੈ, ਗੁੱਡੀ ਚੜਾਉਣੀ। ਉਹ ਕੌਣ ਆ ਗਿਆ ਕਬੱਡੀ ਦਾ ਵੱਡਾ ਮੱਲ? ਉਹ ਲੁੱਡਰ ਆ ਗਿਆ ਹਰਿਆਣੇ ਦਾ, ਲੁੱਡਰ ਆ ਗਿਆ ਹਰਿਆਣੇ ਦਾ, ਲੁੱਡਰ ਆ ਗਿਆ। ਉਹ ਰਸ਼ੀਅਨ ਟੈਂਕ ਆ ਗਿਆ, ਰਸ਼ੀਅਨ ਟੈਂਕ। ਉਹ ਲੁੱਡ ਆ ਗਿਆ, ਉਹ ਬਿੱਲੂ ਆ ਗਿਆ, ਉਹ ਸੈਕਟਰੀ ਸਾਹਿਬ ਆ ਗਿਆ। ਸਾਹਮਣੇ ਕਹਿੰਦੇ ਚਾਰ ਜਾਫੀ ਨੇ, ਲੈ ਵੀ ਮਨੋਜ ਆਈ ਫੜੋ ਹੀ ਤੇਰੀ ਨੌਜਵਾਨ। ਮਨੋਜ ਵੀ ਕਹਿੰਦੇ ਸਿਰੇ ਦਾ ਜਾਪੀ ਹੈ, ਪਰ ਪੋਨਾ ਕਹਿੰਦਾ ਮੈਂ ਵੇਖਦਾ ਪਰ ਨੰਬਰ। ਆਓ ਰੇਡਰ ਦਾ ਨੰਬਰ ਕਹਿੰਦੇ ਵੀ ਰੇਡਰ ਦਾ। ਆਓ ਕਬੱਡੀ ਕਹਿੰਦੇ ਫੇਰ ਪੈ ਗਈ ਹੈ। ਆਓ ਛਾਤਰ ਦੀ ਧਰਤੀ ਦਾ ਮੋਟਰਸਾਈਕਲਾਂ ਦਾ ਜੇਤੂ ਇਸ ਵੇਲੇ ਕਹਿੰਦੇ ਕਾਲੀ ਕਬੱਡੀ ਭਾ ਰਿਹਾ ਹੈ ਮੇਰੇ ਵੀਰੋ। ਮੁੰਡੇ ਦਾ ਨਾਂ ਭਾਵੇਂ ਕਾਲੀ ਹੈ ਪਰ ਐਨ ਕਹਿੰਦੇ ਗੋਰਾ ਨਿਸ਼ੋਰ ਰੰਗ ਹੈ। ਇਸ ਵੇਲੇ ਕਹਿੰਦੇ ਕਬੱਡੀ ਭਾ ਦਿੱਤੀ ਹੈ। ਸਾਹਮਣੇ ਟੌਲੇ ਦੀ ਧਰਤੀ ਦਾ ਸਿੱਲੂ ਵੀ ਕਹਿੰਦੇ ਤਿਆਰੀ ਦੇ ਵਿੱਚ ਹੈ, ਨਾਲ ਕਹਿੰਦੇ ਨੀਲਾ ਹੈ ਮੇਰੇ ਵੀਰੋ। ਆਓ ਨਾਲ ਕਹਿੰਦੇ ਵੇਖਦੇ ਇਸ ਵੇਲੇ ਨਗੂਰੇ ਦੀ ਧਰਤੀ ਦਾ ਮੋਹਨ ਵੀ ਤਿਆਰੀ ਦੇ ਵਿੱਚ ਹੈ। ਆਓ ਵੇਖੋ ਇਸ ਵੇਲੇ ਸਿੱਲੂ ਨੇ ਹੱਥ ਕੜਾ ਕਰ ਦਿੱਤਾ ਵੀ ਕਿ ਟੱਚ ਮੈਨੂੰ ਹੋਇਆ ਤਿੰਨ ਨੰਬਰ। ਆਓ ਰੇਡਰ ਦਾ ਕੇਵਲ ਪੈਣ ਸਰੀਰਾਂ ਦੇ ਜਿੰਨਾ ਲਾਈਆਂ ਮਿਹਨਤਾਂ ਉੱਠ ਕੇ ਤਨ ਚੋਰ ਜਵਾਨਾਂ ਦਾ। ਆਓ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ। ਆਓ ਕਰਹੀ ਜਾਂਦੇ ਨੇ ਮਨਮਾਨੀ, ਹੋ ਰਾਜੇ ਖੇਲੇ ਹਟ ਪਾਸੇ। ਅੱਜ ਲੁੱਡੀਆਂ 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 ਪਾਉਂਦੀ ਫਰੇ ਜਵਾਨੀ, ਕਿ ਲੁੱਡੀਆਂ ਪਾਉਂਦੀ ਫਿਰੇ ਜਵਾਨੀ, ਐਨ ਲੁੱਡੀਆਂ ਪਾਉਂਦੀ ਹੈ ਜਵਾਨੀ ਕਪਿਲ ਨਾ ਹੈ ਪਰ ਉੜਨਾ ਸੰਪ ਹੈ ਖੇਡ ਕਬੱਡੀ ਦਾ, ਸਰੇ ਦਾ ਰੇਡਰ ਹੈ, ਇਹਨੇ ਮੋਟਰਸਾਈਕਲ ਵੀ ਜਿੱਤੇ ਹੈ। ਇਹ ਕਹਿੰਦੇ ਸਿੱਲੇ ਡੀਪੀ ਦਾ ਚੰਡਿਆ ਹੋਇਆ ਖਿਡਾਰੀ ਹੈ। ਉਹ ਇਸ ਵੇਲੇ ਕਹਿੰਦੇ ਕਬੱਡੀ ਪਾ ਰਿਹਾ, ਲੈ ਵੀ ਮੋਹਨਾ ਉਹ ਪਾਣੀ ਸਿਰ ਤੋਂ ਲੰਘਦਾ ਜਾ ਰਿਹਾ। ਨਗੂਰੇ ਵਾਲਾ ਪਰ ਨੰਬਰ। ਆਓ ਰੇਡਰ ਦਾ, ਆਓ ਲੁੱਡਾ ਆ ਗਿਆ, ਆਓ ਹਰਿਆਣੇ ਦਾ ਲੁੱਡਰ ਆ ਗਿਆ। ਲੈ ਨੀਰਜ ਬਾਈ ਖੜ ਖੜ ਵੇਂਦੇ ਲੋਕੀ ਸ਼ਾਨ ਜੱਟ ਨੂੰ, ਉਹ ਆਉਂਦੇ ਯਾਰ ਰੋਕਣੇ ਤੂਫਾਨ ਜੱਟ ਨੂੰ। ਇਸ ਵੇਲੇ ਬਿੱਲੂ ਹੈ ਮੋਹਣ ਦੀ ਧਰਤੀ ਦਾ, ਇਹਨੇ ਕਹਿੰਦੇ ਤਕੜੀ ਕਬੱਡੀ ਖੇਡੀ ਹੈ, ਇਹ ਵੱਡਾ ਸਟਾਰ ਹੈ, ਇਹ ਪੁਰਾਣਾ ਖਿਡਾਰੀ ਹੈ ਸਾਡੀ ਖੇਡ ਕਬੱਡੀ ਦਾ। ਪਰ ਇਸ ਵੇਲੇ ਨੰਬਰ, ਆਓ ਨੰਬਰ ਕਹਿੰਦੇ ਰੇਡਰ ਦਾ, ਰੇਡਰ ਦਾ ਨੰਬਰ ਕਹਿੰਦੇ ਬਿੱਲੂ ਦੇ ਹਿੱਸੇ ਦੇ ਵਿੱਚ ਹੈ। ਤੂੰ IPL ਦੇਖਣ ਦੀ ਸ਼ਕੀਨ ਕੁੜੀਏ, ਅਸੀਂ ਕਬੱਡੀ ਦੇ ਕੱਪ ਵੇਖੀ ਦੇ, ਤੂੰ ਆਨਲਾਈਨ ਰਹਿਨੀ ਆ ਫੇਸਬੁੱਕ ਤੇ WhatsApp ਤੇ, ਅਸੀਂ ਵਿੱਚ ਗਰੌਂਡਾ ਪਿੰਡੇ ਸੇਕੀ ਦੇ, ਤੂੰ ਲਾਈਕ ਕਰਦੀ ਐ ਲਵੇਂ ਸ਼ੱਕੇ ਨੂੰ ਜੱਟ ਸੋਕੀ ਆ ਜਫੇ ਨਰਾਲੇ ਦਾ, ਜੇ ਤੂੰ ਫੈਨ ਮਹਿੰਦਰ ਸਿੰਘ ਧੋਨੀ ਦੀ ਤੇ ਮੁਰਖੀ ਵਾਲਾ ਫੈਨ ਜਲਾਲਪੁਰ ਦੇ ਪਾਲੇ ਦਾ, ਐਨ ਜਲਾਲਪੁਰ ਵਾਲਾ ਪਾਲਾ ਫਾਈਟਰ ਕੈਚਰ ਪੂਰੇ ਆਲ ਇੰਡੀਆ ਦਾ ਅਸੀਂ ਕਹਿ ਸਕਦੇ ਆ, ਸਿਰਾ ਕਰਦਾ ਹੈ ਮੁੰਡਾ। ਆਓ ਵੇਖੋ ਇਸ ਵੇਲੇ ਥੋੜ੍ਹੀ ਜਿਹੀ ਤੂੰ ਤੂੰ ਮੈਂ ਹੋਈ ਹੈ, ਵੇਖਦੇ ਵੀ ਨੰਬਰ ਕਿਹਦੇ ਹਿੱਸੇ ਦੇ ਵਿੱਚ ਹੋਵੇਗਾ। ਰਿਵਿਊ ਕੀ ਮੰਗ ਕੀ ਹੈ ਗਿਆਨੀ ਸਰ? ਨੀਰਜ ਜੀ ਇਸ ਮੈਚ ਤੋਂ ਬਾਅਦ ਲਾਸਟ ਕੁਆਟਰ ਫਾਈਨਲ ਜਿਹੜਾ ਮੈਚ ਹੋਵੇਗਾ ਕੰਨੜੀ ਵਰਸਿਸ ਗੱਡੀ ਛਾਜੂ, ਇਹ ਟੀਮਾਂ ਵੀ ਗਰਾਊਂਡ ਦੇ ਲਾ ਕੇ ਰਹਿਣ। ਅੱਜ ਧਰਤੀ ਦੇ ਕਹਿੰਦੇ ਵੀ ਭਾਗ ਲੱਗੇ ਹੋਏ ਹੈ ਕਿਉਂਕਿ ਵੱਡੇ ਖਿਡਾਰੀ ਸਾਡੀ ਮਾਂ ਖੇਡ ਕਬੱਡੀ ਦੇ ਇੱਥੇ ਆਏ ਹੈ। ਮਾਲ ਬਿਓਲੀ ਅੰਕ 84 ਪ੍ਰਦੀਪ 84 ਬੋਲਾ ਗੱਡੀ ਛਾਜੂ ਇੱਕ ਸਟੇਜ ਪਹੁੰਚ ਜਾ ਬਾਈ।
कि बंदे असी भी किसी दे नालों घट नहीं। हो तू जज मूहरे मुकरी ना, हो तू जज मूहरे मुकरी ना, मुल प्यार दा मोड़ तू जट नहीं, तू जज मूहरे मुकरी ना। जजा दे फैसले आ गए दर्शक वीरो, रिव्यू दी मंग कीती गई है। भाई जो है हमारे छोटे भाई कमेंटेटर जो पंजाब से आए हैं, आपका बहुत बहुत स्वागत है। पर हेलो हेलो भाई, एक सेकंड प्लीज, बड़े भाई एक सेकंड लूंगा। दीपक चैन तोड़ने का पॉइंट दिया है नीरज जी ने, डबल टच का पॉइंट नहीं दिया है, तो आप इस बात को चेक कर ले एक बार अपने अच्छे तरीके से। भाई साहब, छोटे भाई कमेंटर साहब, हाँ जी भाई साहब, आपसे अनुरोध है ज्यादा कमेंट्री 90% हिंदी में करो। कोई बात नहीं जी, मोल हो गया और डाल का लोग जैसा आप बोलो। बिल्कुल जल्दी फैसला हमारे बीच में होगा। और नीरज जी इससे अगला मैच अनाउंस कर दें। छाजूगढ़ी वर्सेस कनड़ी, कुलदीप कनड़ी और छाजूगढ़ी भाई बोला टीम लेकर आजे भाई। मैच समाप्ति की ओर है, कांटे की टक्कर का महामुकाबला आज हमारे बीच में दर्शक साथियों। जैसा कि कमेटी के आदेश मिले कि भाई आप हिंदी बोल, हमारी कमेटी और हमारे दर्शक साथी जुड़ना चाहते हैं तो प्रयास करेंगे हिंदी में सभी दर्शक साथियों का मन मोहने का। इस मैच के बाद कनड़ी और गड़ी छाजू, कनड़ी वर्सेज गड़ी छाजू। इस मैच के बाद जो अंतिम क्वार्टर होगा कनड़ी वर्सेज गड़ी छाजू जिला पानीपत है। आज बाबा दूधाधारी के आशीर्वाद से, बाबा दूधाधारी की असीम कृपा से जो इतने अच्छे खेल मेले का आयोजन है। और सभी दर्शक साथी भाई ध्यान दे, जो ये ग्राउंड है आप सभी के सामने बनाया गया है ना, ऑल हरियाणा का सबसे बेस्ट ग्राउंड है। आप बिल्कुल फिजिकल एजुकेशन के हिसाब से पूरा एक्यूरेट ग्राउंड है। हमारी खेल समिति छाजूगढ़ी जिला पानीपत ने बनाने का काम किया, चाहे लाइट की बात है, साउंड की बात है, खिलाड़ियों के लिए किराए की बात है। भाई दोनों बोलियों पे एक बार चुना डाल दे मेरा भाई, जिस भाई की ड्यूटी है, दोनों डेरियों पर चुना डाल दे। कनड़ी वर्सेज गड़ी छाजू पॉइंट टू, किसका पॉइंट काले कैथर का, बिल्ला बलवेड़े का, मोई डीक का। और आ गया दर्शक साथियों खेल मैदान की ओर बढ़ता हुआ यशपाल रफकाली छात्र जिला जींद। छात्र टीम की जितनी प्रशंसा करी जाए उतनी कम है। बराना खालसा की धरती की हम बात करें, डेरा गतला जिला कैथल की धरती की हम बात करें पुरखास जिला सोनीपत की, फाइनल खेलने का काम और प्रथम इनाम हासिल करने का काम इस टीम ने किया है। हाँ भाई नीरज, लाओ फिर इस वेले कहने खेड़ मैदान अंदर कबड्डी पवेगी। सामने कहने चार जाफी ने जेडे तैयारी दे विच है, राइट कनी ते जेड़ा जाफी है और बीके दा वड्डा भरा है मनोज छात्र वाला, ते लेफ्ट कनी ते बलवेड़े दी धरती दा बिल्ला, नाल टीक दी धरती दा मोहित। नीरज जी एक सेकंड लो भाई, जिस भाई ने प्रसाद लेना है, जिस भाई ने प्रसाद नहीं लिया है, नहीं मिला उसको, स्टेज की साइड में बिल्कुल प्रसाद की व्यवस्था कर दी गई है। और मेरे सभी भाइयों से मेरा निवेदन है प्रसाद जरूर ग्रहण करें। और ये कैच की कोशिश है मनोज छत्र, और मैं अनुरोध करूंगा भाई विक्रम अछरौली, बलजीत सिंह जी खोतपुरा, वेदपाल खेल मैदान पर ड्राज लाए। सनवर खान से भी अनुरोध करूंगा, मास्टर भूपेंद्र सिंह से भी अनुरोध करूंगा, आप ड्राज लाए। पर्ची बना दी गई है, नीचे आ गया माननीय बलजीत सिंह जी संधु साहब। हेलो भाई, खुशी राजेश का गेट पर चला जाए भाई, छोटा बच्चा खुशी राजेश का। यामा मोटरसाइकिल इतनी स्पीड, कपिल छात्र वाला मात्र 70-75 किलो खिलाड़ी भाई। फोटोग्राफर एक बार मैच समाप्त है जी, मैच समाप्त है। और स्कोर फोटोग्राफर स्कोर